ਜਿੰਨਾ ਕ ਦਾਇਰੇ ਕਾਨੂੰਨ ਦਾਇਰੇ ਦੇ ਅੰਦਰ ਰਹਿ ਕੇ ਕਿਉਂਕਿ ਇਹ ਕੇਂਦਰ ਦੇ ਸਰਕਾਰ ਦੇ ਅਧਿਕਾਰ ਹਨਗੇ ਔਰ ਇੱਕ ਪਾਰਲੀਮੈਂਟ ਨੇ ਬਿਲ ਪਾਸ ਕੀਤਾ ਜੋ ਹਮਾਇਤ ਇੱਕ ਕਿਸਾਨ ਦੇ ਹੋਣ ਦੇ ਦੀ ਕਰਨ ਕਰ ਸਕਾਂਗਾ ਤੇ ਜ਼ਰੂਰ ਕਰਾਂਗਾ ਹਮਾਇਤ ਕਾਂਗਰਸ ਸ਼ੁਰੂ ਤੋਂ ਕਰਦੀ ਆਈ ਹਾਲਾਂਕਿ ਖੇਤੀ ਬਿੱਲਾਂ ਦਾ ਵਿਰੋਧ ਕਾਨੂੰਨਾਂ ਦਾ ਵਿਰੋਧ ਕਰਦੀ ਆਈ ਹੈ ਲੇਕਿਨ ਕੋਈ ਪੱਕਾ ਰਾ ਲੱਭੋਂਗੇ ਕਿ ਪੰਜਾਬ ਚ ਇਸ ਦੇ ਪੈਰ ਜੰਮਣ ਹੀ ਨਾ ਮੇਰਾ ਆਪਣਾ ਵਿਸ਼ਵਾਸ ਤੇ ਮਨ ਮੈਂ ਕਿਉਂਕਿ ਜਿੰਨੀ ਪੜਾਈ ਲਿਖਾਈ ਕੀਤੀ ਹੈ ਬਚਪਨ ਤੋਂ ਦੇਖਣ ਨੂੰ ਹੀ ਮਿਲਿਆ ਆਰਥਿਕ ਤੌਰ ਤੇ ਜਿੱਥੇ ਹਿੰਦੁਸਤਾਨ ਅੱਜ ਖੜਾ ਹੈ ਜਾਂ ਜਿਸ ਪੈਗਾਮ ਤੇ ਉਸਦੀ ਪਛਾਣ ਹੋ ਰਹੀ ਹੈ ਜਾਂ ਉਹ ਦੇਸ਼ਾਂ ਚੋਂ ਦਾ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾ ਰਿਹਾ ਸਾਡੇ ਕਿਸਾਨ ਦਾ ਬਹੁਤ ਵੱਡਾ ਆਰਥਿਕ ਤੌਰ ਤੇ ਹਿੰਦੁਸਤਾਨ ਨੂੰ ਪਛਾਣ ਕਿਰਾਨ ਤੇ ਮਾਣ ਕਿਰਾਨ ਤੇ ਅੱਜ ਉਸਦਾ ਯੋਗਦਾਨ ਹੈ। ਔਰ ਜੇ ਕਿਸਾਨ ਹੈ ਤਾਂ ਦੇਸ਼ ਸਰਕੀ ਤੇ ਉੱਨਤੀ ਕਰਦਾ ਹੈ। ਤਾਂ ਜੇ ਕਿਸਾਨ ਡੁੱਬਦਾ ਹੈ ਇਹ ਤਿੰਨ ਕਾਲੇ ਕਾਨੂੰਨ ਮੈਂ ਤੁਹਾਡੇ ਮਾਧਮੇ ਦੇ ذریعے ਕੇਂਦਰ ਦੀ ਸਰਕਾਰ ਨੂੰ ਜ਼ਰੂਰ ਬੇਨਤੀ ਕਰਾਂ ਕਿ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਕਿ ਕਿਸਾਨ ਸਾਡੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਮਿਲ ਸਕੇ ਜੇ ਕਿਸਾਨ ਬਚੂਗਾ ਤਾਂ ਤੇ ਇਸ ਤਰ੍ਹਾਂ ਕੀ ਕਰੂਗਾ ਕਿਸਾਨਾਂ ਨੂੰ ਜਿਹੜੇ ਘਾਟੇ ਦੇ ਵਿੱਚ ਨੇ ਜਾਂ ਜਿਹਨੀਆਂ ਖੁਦਕੁਸ਼ੀਆਂ ਦਾ ਦੌਰ ਪੰਜਾਬ 'ਚ ਹੈ ਚੱਲ ਰਿਹਾ ਹੈ ਉਸ ਤੋਂ ਬਚਾਉਣ ਦੇ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਹਰ ਵਜ਼ੀਰ ਬਕਾਇਦਾ ਉਹਨਾਂ ਦੇ ਘਰਾਂ 'ਚ ਜਾ ਕੇ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਇਆਗੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਨਿਯੁਕਤੀ ਪੱਤਰ ਘਰਾਂ ਚ ਜਾ ਕੇ ਦੇਣ ਤਾਂ ਕਿ ਉਹਨਾਂ ਨੂੰ ਕੁਛ ਨਾ ਕੁਛ ਰਾਹ ਦੇ ਸਕੇ। ਉਹ ਅੱਜ ਹੀ ਡਾਇਰੈਕਸ਼ਨ ਰਿਟਰਨ ਇਨਸਟਰਕਸ਼ਨ ਚਲ ਜਾਣ ਗਿਆ ਤਾਂ ਕਿ ਡੀਸੀ ਸਾਹਿਬਾਨ ਇੱਕ ਹਫ਼ਤੇ ਦੇ ਅੰਦਰ ਜਿਹੜੇ ਜਿਹੜੇ ਉਹ ਕੇਸ ਅਧੂਰੇ ਪਏ ਉਹਨਾਂ ਨੂੰ ਉਹਨਾਂ ਤੱਕ ਰਾਹਤ ਪਹੁੰਚਾਈ ਜਾਵੇ। ਉਸੇ ਤੌਰ ਹੁਣ ਮੰਤਰੀ ਪ੍ਰੋਸੈਸਿੰਗ ਦੇ ਵਿੱਚ ਕੀ ਕਰਨ ਜਾ ਰਹੇ ਉਹ ਕਿਸਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾ ਸਕਦਾ ਹੈ ਕਿ ਕਿਸਾਨ ਆਪਣੀ ਪ੍ਰੋਡਿਊਸ ਪ੍ਰੋਸੈਸ ਕਰਕੇ ਇੱਥੇ ਵੇਚ ਸਕਣ। ਜਾਨਾ ਸਪੋਕਸਮੈਨ ਟੀਵੀ ਮੈਂ ਸਰਖਾਵ ਦੋਸਤ ਜੇਕਰ ਅਸੀਂ ਇਸ ਵਕਤ ਬਰਗੇਡ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਰਗੇਡ ਨੂੰ ਉਹਨਾਂ ਦੇ ਵਿਭਾਗ ਮਿਲ ਚੁੱਕੇ ਨੇ ਤੇ ਹੁਣ ਦੇਖਣਾ ਹੈ ਜਿਹੜਾ ਨਵਾਂ ਪੰਜਾਬ ਬਣਾਉਣ ਦੀ ਗੱਲ ਕਰਦੇ ਨੇ ਕਿਵੇਂ ਪੰਜਾਬ ਸਰਜਿਆ ਜਾਵੇਗਾ ਮੇਰੇ ਨਾਲ ਮੰਤਰੀ ਕਾਕਾ ਰਣਦੀਪ ਨੇ ਕਾਕਾ ਜੀ ਕਿਸ ਤਰੀਕੇ ਦੇ ਤਿਆਰੀਆਂ ਨੇ ਵਿਭਾਗ ਮਿਲ ਚੁੱਕਿਆ ਤੁਹਾਡੇ ਵਿਭਾਗ ਦੀ ਗੱਲ ਕਰੀਏ ਤੇ ਹਾਲਾਂਕਿ ਪਹਿਲਾਂ ਮੁੱਖ ਮੰਤਰੀ ਆਪ ਚਲਾਉਂਦੇ ਸੀ ਹੁਣ ਤੁਹਾਨੂੰ ਮਿਲਿਆ ਆ ਦੇਖੋ ਮੈਂ ਕੁਦਰਤ ਦਾ ਸ਼ੁਕਰਾਨਾ ਕਰਦਾ ਹਾਂ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ राहुल ਜੀ ਦਾ ਪ੍ਰਿਯੰਕਾ ਜੀ ਦਾ ਅਤੇ ਵਿਸ਼ੇਸ਼ ਤੌਰ ਤੇ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹ ਐਡਾ ਵੱਡਾ ਮਾਨ ਮੇਰੇ 'ਚ ਵਿਸ਼ਵਾਸ ਜਿਤਾਇਆ ਹੈ ਕਿ ਐਗਰੀਕਲਚਰ ਮਕਮ ਮੈਨੂੰ ਹੁਣੀ ਤੁਹਾਡੇ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਹੀ ਪਤਾ ਲੱਗ ਗਿਆ। ਜੀ। ਔਰ ਉਸ ਖੜੀ ਚ ਮੈਂ ਹੈ ਜੇ ਦੇਸ਼ ਇੱਕ ਬੜਾ ਭਾਰੀ ਵੱਡਾ ਸੰਘਰਸ਼ ਲੜ ਰਿਹਾ ਹੈ। ਔਰ ਕਿਸਾਨ ਸਾਡਾ ਅੱਜ ਉੱਥੇ 1 ਸਾਲ ਤੋਂ ਲਗਭਗ ਉੱਥੇ ਸੰਘਰਸ਼ ਤੇ ਅੰਦੋਲਨ 'ਚ ਬੈਠਾ ਹੈ। ਔਰ ਇਸ ਮੈਕਮੇਦਾ ਬੜੀ ਅਹਿਮੀਅਤ ਹੈ ਔਰ ਮੁਤਲਕ ਅਜ ਦੇ ਸਮੇਂ ਦੇ ਤਹਿਤ ਕਿਉਂਕਿ ਸੀਮਤ ਸਮੇਂ ਨਾਲ ਜੀ ਤਿੰਨ ਕੁ ਮਹੀਨੇ ਰਹਿ ਗਏ ਹਨਗੇ ਉਸ ਨੂੰ ਮੁੱਖੀ ਦੇਖਤੇ ਹੋਏ ਕਾਫੀ ਚੈਲੰਜਸ ਹਨਗੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਮੈਕਮੇਦੇਨ ਜੋ ਵੀ ਕਿਉਂਕਿ ਕਿਸਾਨੀ ਪਰਿਵਾਰ ਚ ਜਨਮ ਲੈਂਦਾ ਹੈ ਔਰ ਕਿਸਾਨਾਂ ਨਾਲ ਸੰਬੰਧਿਤ ਤਾਂ ਕਿ ਉਹਨਾਂ ਦੀ ਸੁਝਾਅ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਚਾਹੇ ਮੈਨੂੰ ਜਾਨਣਾ ਪਾਏ ਚਾਹੇ ਸਾਡੇ ਕਿਸਾਨ ਵੀਰ ਆ ਜਾਣ ਔਰ ਜਿੰਨਾ ਕਾ ਦਾਇਰੇ ਕਾਨੂੰਨ ਦਾਇਰੇ ਦੇ ਅੰਦਰ ਰਹਿ ਕੇ ਕਿਉਂਕਿ ਇਹ ਕੇਂਦਰ ਦੇ ਸਰਕਾਰ ਦੇ ਅਧਿਕਾਰ ਹਨਗੇ ਜੀ ਜੀ ਔਰ ਇੱਕ ਪਾਰਲੀਮੈਂਟ ਨੇ ਬਿਲ ਪਾਸ ਕੀਤਾ ਜੋ ਹਮੈਤ ਇੱਕ ਕਿਸਾਨ ਦੇ ਹੋਣ ਦੇ ਦੇ ਕਰਨ ਕਰ ਸਕਾਂਗਾ ਤੇ ਜ਼ਰੂਰ ਕਰਾਂਗਾ ਕੁਮਾਇਤ ਗੱਲ ਕਰ ਲਈ ਹਾਲਾਂਕਿ ਜੀ ਪੰਜਾਬ ਦੀ ਗੱਲ ਕਰਦੇ ਆ ਖੇਤੀਬਾੜੀ ਪ੍ਰਧਾਨ ਸੂਬਾ ਆ ਸਾਰਾ ਪੰਜਾਬ ਦਾ ਸਰਕਲ ਉਹ ਖੇਤੀਬਾੜੀ ਤੋਂ ਚੱਲਦਾ ਆ ਹਮਾਇਤ ਕਾਂਗਰਸ ਸ਼ੁਰੂ ਤੋਂ ਕਰਦੀ ਆਈ ਹਾਲਾਂਕਿ ਖੇਤੀ ਬਿੱਲਾਂ ਦਾ ਵਿਰੋਧ ਕਾਨੂੰਨਾਂ ਦਾ ਵਿਰੋਧ ਕਰਦੀ ਆਈ ਆ ਲੇਕਿਨ ਕੋਈ ਪੱਕਾ ਰਾਹ ਲੱਭੋਂਗੇ ਕਿ ਪੰਜਾਬ 'ਚ ਇਸ ਦੇ ਪੈਰ ਜੰਮਣ ਹੀ ਨਾ ਜੇ ਕੱਲ ਨੂੰ ਕਿਤੇ ਨਾ ਕਿਤੇ ਸਰਕਾਰ ਕੋਈ ਕੋਸ਼ਿਸ਼ ਕਰਦੀ ਆ ਤਾਂ ਪੈਰ ਕਿਤੇ ਨਾ ਜੰਮਣ ਨਾ ਦੇਖੋ ਅੱਜ ਹੀ ਹਲੇ ਸ਼ੁਰੂਆਤ ਹੋਈ ਹੈ ਆਪਾਂ ਸਾਰੇ ਜਾਣੂ ਆ ਤੁਸੀਂ ਆਪ ਕੀ ਕੀਤਾ ਹੈ ਕੀ ਜਿਹੜਾ ਪੰਜਾਬ ਹੈ ਇੱਕ ਖਸਾਨੀ ਨਾਲ ਇਹਦੀ ਪਹਿਚਾਨ ਆ ਔਰ ਮੇਰਾ ਆਪਣਾ ਵਿਸ਼ਵਾਸ ਤੇ ਮੰਨਣਾ ਹੈ ਕਿਉਂਕਿ ਜਿੰਨੇ ਕੁ ਪੜ੍ਹਾਈ ਲਿਖਾਈ ਕੀਤੀ ਹੈ ਬਚਪਨ ਤੋਂ ਦੇਖਣ ਨੂੰ ਹੀ ਮਿਲੇ ਆਰਥਿਕ ਤੌਰ ਤੇ ਜਿੱਥੇ ਹਿੰਦੁਸਤਾਨ ਅੱਜ ਖੜਾ ਹੈ ਜਾਂ ਜਿਸ ਪੈਗਾਮ ਤੇ ਉਸਦੀ ਪਛਾਣ ਹੋ ਰਹੀ ਹੈ ਜਾਂ ਵਿਦੇਸ਼ਾਂ ਚੋਂ ਦਾ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾ ਰਿਹਾ ਹੈ ਸਾਡੇ ਕਿਸਾਨ ਦਾ ਬਹੁਤ ਵੱਡਾ ਆਰਥਿਕ ਤੌਰ ਤੇ ਹਿੰਦੁਸਤਾਨ ਨੂੰ ਪਛਾਣ ਕਰਾਂ ਤੇ ਮਹਤਾਜ ਪਜਾਂਤੇ ਅੱਜ ਉਸਦਾ ਯੋਗਦਾਨ ਹੈ ਔਰ ਅੱਜ ਉਸ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਔਰ ਜੇ ਕਿਸਾਨ ਹੈ ਤਾਂ ਦੇਸ਼ ਸਰਕੀ ਤੇ ਉਨਤੀ ਕਰਦਾ ਹੈ ਤਾਂ ਜੇ ਕਿਸਾਨ ਡੁੱਬਦਾ ਹੈ ਇਹ ਤਿੰਨ ਕਾਲੇ ਕਾਨੂੰਨ ਮੈਂ ਤੁਹਾਡੇ ਮਾਧਿਅਮ ਦੇ ذریعے ਕੇਂਦਰ ਦੀ ਸਰਕਾਰ ਨੂੰ ਜ਼ਰੂਰ ਬੇਨਤੀ ਕਰਾਂ ਕਿ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਕਿ ਕਿਸਾਨ ਸਾਡੇ ਦੇਸ਼ ਦੇ ਕਿਸਾਨ ਨੂੰ ਰਾਹਤ ਮਿਲ ਸਕੇ ਜੇ ਕਿਸਾਨ ਬਚੂਗਾ ਤਾਂ ਦੇਸ਼ ترقی ਕਰੂਗਾ ਸਾਂ ਦੀ ਗੱਲ ਕਰ ਲਈ ਤੁਸੀਂ ਖੁਦ ਕਿਸਾਨ ਪਰਿਵਾਰ ਤੋਂ ਹਾਲਾਂਕਿ ਜੇਕਰ ਅਸੀਂ ਨਰਮਾ ਬੈਟ ਦੀ ਗੱਲ ਕਰੀਏ ਬੀਤੇ ਦਿਨੀ ਚਰਚ ਚੰਨੀ ਆਪ ਜਾ ਕੇ ਆਏ ਨੇ ਤਾਂ ਉਹ ਜਿਹੇ ਕਿਸਾਨਾਂ ਨੂੰ ਜਿਹੜੇ ਘਾਟੇ ਦੇ ਵਿੱਚ ਨੇ ਜਾਂ ਜਿਹੜੀ ਖੁਦਕੁਸ਼ੀਆਂ ਦਾ ਦੌਰ ਪੰਜਾਬ 'ਚ ਹੈ ਚੱਲ ਰਿਹਾ ਆ ਉਸ ਤੋਂ ਬਚਾਉਣ ਦੇ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਦੇਖੋ ਕੱਲ ਪਹਿਲੀ ਕੈਬਨਿਟ ਦੀ ਮੀਟਿੰਗ ਸੀ ਤੁਸੀਂ ਆਪ ਦੇਖਿਆ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਬੜਾ ਅਹਿਮ ਫੈਸਲਾ ਕੀਤਾ ਔਰ ਕਿਉਂਕਿ ਸਮਾਸੀ ਮਤ ਹੋਣ ਕਰਕੇ ਕਿਸਾਨ ਅੰਦੋਲਨ ਨੇ ਬਕਰਾ ਇੱਕ ਡੇਟ ਮੰਗੀ ਸੀ ਔਰ ਉਸ ਡੇਟ ਦੇ ਤਹਿਤ ਅੰਦੋਲਨ ਦੇਸ਼ ਪਤ ਬੰਦ ਕੀਤਾ ਗਿਆ ਸੀ ਔਰ ਮੈਂ ਸ਼ਲਾਘਾ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਕੈਬਨਿਟ ਨੇ ਫੈਸਲਾ ਕਿਹਾ ਉਹਨਾਂ ਦੀ ਰਨਵਾਈ ਹੇਟ ਕਿ ਕਿਸਾਨਾਂ ਨੂੰ ਸਮਰਪਿਤ ਕਰਕੇ ਜਿਹੜੇ ਬਾਕੀ ਏਜੰਡਾ ਸੀ ਅਗਲੀ ਕੈਬਨਿਟ ਚ ਦਿੱਤਾ ਗਿਆ ਨਾਲ ਇਹ ਵੀ ਅਹਿਮ ਫੈਸਲਾ ਲਿੱਤਾ ਗਿਆ ਕਿ ਕਿਸਾਨ ਦੀ ਹਮਾਇਤ ਲਈ ਹਰ ਵਜ਼ੀਰ ਬਕਾਇਦਾ ਉਹਨਾਂ ਦੇ ਘਰਾਂ ਚ ਜਾ ਕੇ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਹਨਗੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਨਿਯੁਕਤੀ ਪੱਤਰ ਕਰਾਂਚੇ ਜਾ ਕੇ ਦੇਣ ਤਾਂ ਕਿ ਉਹਨਾਂ ਨੂੰ ਕੁਛ ਨਾ ਕੁਛ ਰਾਹ ਦੇ ਸਕੇ। ਔਰ ਅੱਜ ਹੀ 3:30-4:00 ਵਜੇ ਜਾ ਕੇ ਮੈਂ ਆਪਣੇ ਦਫਤਰ ਅੱਜ ਮਹਿਕਮਾ ਸਮਾਨਨਾ ਹੈਗਾ ਸ਼ੁਰੂਆਤ ਕਰਨੀ ਹੈ। ਅੱਜ ਹੀ ਡਿਪਟੀ ਕਮਿਸ਼ਨਰ ਨੂੰ ਹਦਾਇਤ ਕਰ ਦਾਂਗਾ ਕਿ ਕੁਝ ਕਿਸਾਨਾਂ ਦੇ ਹਲੇ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ 5-5 ਲੱਖ ਰੁਪਏ ਰਾਹਤ ਦੇਣ ਦਾ। ਚਾਹੇ ਉਹ ਜ਼ਿੰਦਗੀ ਸੀ ਵਾਪਸ ਨਹੀਂ ਲਿਆ ਸਕਦੇ। ਤੋਂ ਅੱਜ ਹੀ ਡਾਇਰੈਕਸ਼ਨ ਰਿਟਰਨ ਇਨਸਟਰਕਸ਼ਨ ਚੱਲ ਜਾਣ ਗਿਆ। ਤਾਂ ਕਿ ਡੀਸੀ ਸਹਿਬਾਨ ਇੱਕ ਹਫਤੇ ਦੇ ਅੰਦਰ ਜਿਹੜੇ ਜਿਹੜੇ ਉਹ ਕੇਸ ਅਧੂਰੇ ਪੈਣ ਉਹਨਾਂ ਨੂੰ ਉਹਨਾਂ ਤੱਕ ਰਾਹਤ ਪਹੁੰਚਾਈ ਜਾਵੇਗਾ। ਕੁਝ ਕਰਾਂਗੇ ਕਿਉਂਕਿ ਜਿਹੜਾ ਪੜਾਅ ਸ਼ੁਰੂ ਕੀਤਾ ਗਿਆ ਸੀ, ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਉਹ ਅਗਲੇ ਪੜਾਅ ਸਾਨੂੰ ਦੇਖਣ ਨੂੰ ਮਿਲਣਗੇ ਨਾ ਤਿੰਨ ਮਹੀਨਿਆਂ 'ਚ। ਦੇਖੋ ਕਰਜ਼ਾ ਮੁਕਤੀ ਦਾ ਜਿੱਤੇ ਤੱਕ ਸਵਾਲ ਹੈ ਇਹ ਆਧਾਰਾ ਚਾਹੇ ਐਗਰੀਕਲਚਰ ਨਾਲ ਜੁੜੇ ਲੇਕਿਨ ਇਸ ਦਾ ਕੋਆਪਰੇਸ਼ਨ ਮਕਮਲੇ ਦੇ ਦੀਨ ਦਾ ਸਾਰਾਦਕਾਰ ਹੁੰਦਾ ਹੈ। ਔਰ ਜਿਹੜੀ ਸੋਸਾਇਟੀਆਂ ਹੁੰਦੀਆਂ ਜਿਹੜੀਆਂ ਇਹ ਭੇਜਦੀਆਂ ਹਨਗੀਆਂ ਉਹ ਸੋਸਾਇਟੀਆਂ ਦੱਸੀਆਂ ਹਨਗੀਆਂ ਕਿ ਦਾ ਕਿਹੜੇ ਵੀਰ ਦਾ ਸਾਡੇ ਕਿਸਾਨ ਭਰਾ ਦਾ ਕਰਜ਼ਾ ਮਾਫ਼ ਹੋਣ ਵਾਲਾ ਹੈ ਕਿਹਦਾ ਅਧੂਰਾ ਰਹਿ ਗਿਆ ਔਰ ਉਹ ਜਦ ਸਾਡੇ ਕੋਲ ਆਂਦੀਆਂ ਹਨ ਕਿ ਐਗਰੀਕਲਚਰ ਵਿਭਾਗ ਕੋਲ ਉਹ ਕੱਲੇ ਸਾਡੇ ਲਈ ਤਫ਼ਤੀਸ਼ ਹੋਣ ਲਈ ਆਂਦੀਆਂ ਹਨ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੇਜ਼ੀ ਲਈ ਆਈ ਜਾਏ ਤਾਂ ਕਿ ਜਿਹੜੇ ਲੋਕ ਅਧੂਰੇ ਰਹਿ ਗਏ ਆ ਵਾਂਝੇ ਰਹਿ ਗਏ ਉਸ پیسے ਉਹਨਾਂ ਨਹੀਂ ਮਿਲ ਸਕੇ ਕਰਜ਼ਾ ਮੁਕਤੀ ਦੇ ਦਿਨ ਜੋ ਸਰਕਾਰ ਦੀ ਨੀਤੀ ਸੀ ਉਹਨਾਂ ਤੱਕ ਅਸੀਂ ਜਲਦੀ ਰਾਹਤ ਪਹੁੰਚਾ ਸਕੇ ਮੇਨਸ ਸਮੱਸਿਆ ਪੰਜਾਬ ਚ ਪ੍ਰੋਡਕਸ਼ਨ ਦੀ ਨਹੀਂ ਹੈ ਉਹ ਪ੍ਰੋਸੈਸਿੰਗ ਦੀ ਹੈ ਜੇਕਰ ਅਸੀਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ कौर ਬਾਲ ਦੀ ਗੱਲ ਕਰ ਰਹੀਏ ਤਾਂ ਉਹਨਾਂ ਨੇ ਪ੍ਰੋਸੈਸਿੰਗ ਯੂਨੀਅਨ ਨੂੰ ਕੋਈ ਵੱਡੇ ਪੱਧਰ ਤੇ ਪੰਜਾਬ ਚ ਲਿਆ ਕੇ ਨਹੀਂ ਦਿੱਤਾ ਇਹ ਦੋਸ਼ ਹਮੇਸ਼ਾ ਉਹਨਾਂ ਤੇ ਲੱਗਦੇ ਰਹੇ ਆ ਤੁਸੀਂ ਬਤੌਰ ਹੁਣ ਮੰਤਰੀ ਪ੍ਰੋਸੈਸਿੰਗ ਦੇ ਵਿੱਚ ਕੀ ਕਰਨ ਜਾ ਰਹੇ ਹੋ ਕਿਸਾਨਾਂ ਨੂੰ ਕੋਈ ਪਲੇਟਫਾਰਮ ਦਿੱਤਾ ਜਾ ਸਕਦਾ ਹੈ ਕਿ ਕਿਸਾਨ ਆਪਣੀ ਪ੍ਰੋਡਿਊਸ ਪ੍ਰੋਸੈਸ ਕਰਕੇ ਇੱਥੇ ਵੇਚ ਸਕਣ ਦੇਖੋ ਇਹ ਹਲੇ ਪਹਿਲਾਂ ਸਟੱਡੀ ਕਰਨਾ ਪੈਣਾ ਹੁ ਨਬਲ اور ਅਮ ਲੋਕ ਕਾਫੀ ਆਲੂਆਂ ਦੀ ਬੈਲਟ ਰਹੀ ਹੈ ਸੋ ਆਲੂਆਂ ਚ ਵੀ ਫੂਡ ਫੂਡ ਪ੍ਰੋਸੈਸਿੰਗ ਦਿੱ ਪਲਾਂਟ ਲਗਾਇਆ ਜਾ ਸਕਦਾ ਹੈ ਜਿਵੇਂ ਆਪਣੇ ਚਿਪਸ ਬਣਾਏ ਜਾ ਰਹੇ ਹਨਗੇ ਸੋ ਕੁਝ ਇਹ ਬੈਲਟ ਕਿਨੂੰ ਲਗਾਉਂਦੀ ਹੈਗੀ ਕਿਨੂੰ ਪ੍ਰੋਸੈਸਿੰਗ ਪਲਾਂਟ ਲਗਾਇਆ ਜਾ ਸਕਦਾ ਹੈ ਕਾ ਸੋ ਇਸ ਸਧਾਰੇ ਦੇ ਤਹਿਤ ਜਿਹੜੀ ਆਪ ਡੋਮੈਸਟਿਕ ਸੇਲ ਹੈ ਜਾਂ ਪੈਕੇਜਿੰਗ ਕਰਾ ਕੇ ਫੂਡ ਪ੍ਰੋਸੈਸਿੰਗ ਨਾਲ ਜੋ ਅਸੀਂ ਪ੍ਰਮੋਟ ਕਰ ਸਕਦੇ ਤੋ ਸ਼ੁਰੂਆਤ ਕਰਾਂਗੇ ਤਾਂ ਕਿ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ 3 ਮਹੀਨੇ ਤ ਤਹਿਤ ਮੈਂ ਸਮਝਦਾ ਹਲੇ ਤਾਂ ਨੀਤੀ ਬਣਨੀ ਹੈ ਜਿਹੜਾ ਪ੍ਰੋਸੈਸਿੰਗ ਪਲਾਂਟ ਵੀ ਨਹੀਂ ਲੱਗ ਸਕਦਾ ਸੋ ਜਿੱਥੇ ਤੱਕ ਸਵਾਲ ਹੈ ਨੀਤੀ ਐਸੀ ਬਣਾਵਾਂਗੇ ਤਾਂ ਕਿ ਗਾਹਾਂ ਨੂੰ ਜਾ ਕੇ ਜਿਹੜੇ ਏਰੀਏ ਨੂੰ ਜਿਸ ਤਰੀਕੇ ਦਾ ਅਸੀਂ ਫਾਇਦਾ ਕਿਉਂਕਿ ਇਸ ਤੇ ਸੋਇਲ ਕਨਰਵੇਸ਼ਨ ਵੀ ਦੇਖਣੀ ਪਣੀ ਹੈ ਪਿਛਲੀ ਸਰਕਾਰ ਮੰਨੂ ਆ ਦਾ 2002-2007 ਉਦੋਂ ਡਾਈਵਰਸੀਫਿਕੇਸ਼ਨ ਜ਼ਿਆਦਾ ਤੌਰ ਤੇ ਜ਼ਿਕਰ ਕੀਤੀ ਗਈ ਲੇਕਿਨ ਡਾਈਵਰਸੀਫਿਕੇਸ਼ਨ ਕਾਮਯਾਬ ਕਿਉਂ ਨਹੀਂ ਹੋਈ ਉਹਦਾ ਵਿਸ਼ੇਸ਼ ਕਾਰਨ ਸੀ ਉਦੋਂ ਸੋਇਲ ਟੈਸਟਿੰਗ ਨਹੀਂ ਨਿਕੀ ਜੇ ਸੋਇਲ ਦੇ ਅਨੁਸਾਰ ਡਾਇਵਰਸਿਫਿਕੇਸ਼ਨ ਕੀਤੀ ਜਾਂਦੀ ਤਾਂ ਉਸ ਚ ਕਾਮਯਾਬੀ ਵੀ ਮਿਲਦੀ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਸਾਡੇ ਤੋਂ ਉਦੋਂ ਕੁਤਾਹੀ ਹੋਗੀ ਜਿਹੜੀ ਸਾਨੂੰ ਇਸ ਪ੍ਰੋਸੈਸ ਵਿੱਚ ਕਾਮਯਾਬ ਨਹੀਂ ਹੋ ਸਕੇ ਤਾਂ ਹਲੇ ਥੀ ਸੋਇਲ ਸੋਇਲ ਡਿਪਾਰਟਮੈਂਟ ਵੀ ਕਮਾਂਗੇ ਦੇਖਾਂਗੇ ਕਿ ਜਿੱਥੇ ਜਿੱਥੇ ਕਿਹੜੀ ਪੈਦਾਵਾਰ ਹੋ ਰਹੀ ਹੈ ਉਹਨੂੰ ਉਸ ਤਰੀਕੇ ਨਾਲ ਲੈ ਕੇ ਗਾਹਮ ਨੀਤੀ ਬਣਾ ਕੇ ਉਹਨੂੰ ਪ੍ਰੋਮੋਟ ਕਰਾਂਗੇ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਕਿਤੇ ਨਾ ਕਿਤੇ ਰਾਹਤ ਮੌਸਮ ਮਿਲ ਸਕੇ ਔਰ ਇਹ ਵੀ ਟੈਪ ਕਰਨ ਕੋਸ਼ਿਸ਼ ਕਰਾਂਗੇ ਕਿ ਦੂਜੇ ਸੋਭਿਆਂ ਚ ਜਾ ਕੇ ਸਾਡੀ ਜਿਹੜੀ ਪ੍ਰੋਡਿਊਸ ਹੈ ਉਹ ਵਿਕ ਸਕੇ ਕਾਕਾ ਜੀ ਇਹ ਉਹਦਾ ਆਪ ਮੰਗਿਆ ਸੀ ਮੰਤਰਾਲੇ ਆਪ ਮੰਗਿਆ ਸੀ ਕਿਉਂਕਿ ਜੇਕਰ ਗੱਲ ਕਰੀਏ ਵੀ ਝੰਡਾ ਚੱਕਣ ਵਾਲੇ ਵੀ ਤੁਸੀਂ ਸੀ ਕੈਪਟਨ ਮਨਿੰਦਰ ਸਿੰਘ ਦੇ ਖਿਲਾਫ ਸਭ ਤੋਂ ਪਹਿਲਾਂ ਨਹੀਂ ਮੈਂ ਉਮੀਦ ਨਹੀਂ ਕਰਦਾ ਸੀ ਮੈਂ ਧੰਨਵਾਦੀ ਹਾਂ ਹਾਈ ਕਮਾਂਡ ਦਾ ਧੰਨਵਾਦੀ ਹਾਂ ਸੀਮ ਸਾਹਿਬ ਦਾ ਜਿਨ੍ਹਾਂ ਨੇ ਵਿਸ਼ਵਾਸ ਦਿੱਤਾ ਹਾਂ ਇਹ ਚ ਕੋਈ ਦੋ ਰਾਇ ਨਹੀਂ ਇਹ ਉਹਦਾ ਮੇਰੇ ਖੈ ਐਗਰੀਕਲਚਰ ਚਾਹੇ ਬਾਲ ਸਾਹਿਬ ਰਹੇ ਚਾਹੇ ਮੁੱਖ ਮੰਤਰੀ ਸਾਹਿਬ ਰਹੇ ਕੈਪਟਨ ਮਨਿੰਦਰ ਸਿੰਘ ਰਹੇ ਸਾਰੇ ਵੱਡੇ ਆ ਕੋਲ ਰਹੇਗੇ ਸ਼ਾਇਦ ਉਹਨਾਂ ਨੂੰ ਅਹਿਸਾਸ ਹੋਇਆ ਹੈ ਕਿ ਇੱਕ ਕਿਸਾਨ ਨਾਲ ਜੁੜਿਆ ਹੋਇਆ ਹੈ ਕਿਸਾਨੀ ਪਰਿਵਾਰ ਚ ਜਨਮ ਲਿੱਤਾ ਹੈ ਸ਼ਾਇਦ ਉਸ ਕਰਕੇ ਜ਼ਿੰਮੇਵਾਰੀ ਦਿੱਤੀ ਹੈ ਔਰ ਮੇਰਾ ਪਿਆਰ ਵੀ ਕਿਸਾਨੀ ਹੈ ਕੀ ਉਮੀਦ ਮੇਰਾ ਆਖਰੀ ਸਵਾਲ ਹੈ ਪੰਜਾਬ ਦੇ ਕਿਸਾਨ ਅਗਲੇ 3 ਮਹੀਨਿਆਂ ਚ ਕੀ ਉਮੀਦਾਂ ਰੱਖਣ ਨਵੇਂ ਖੇਤੀਬਾੜੀ ਮੰਤਰੀ ਤੋਂ ਮੈਂ ਹਲੇ ਉਹਨਾਂ ਤੱਕ ਪਹਿਲਾਂ ਪਹੁੰਚ ਕਰਾਂ ਪਹੁੰਚ ਕਰਕੇ ਉਹਨਾਂ ਦੀ ਜਿਹੜੀ ਸਮੱਸਿਆ ਹਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਜੋ ਸੰਵਿਧਾਨ ਕਰ ਸਕਦਾ ਹਾਂਗਾ ਜ਼ਰੂਰ ਕਰਾਂਗਾ ओके ओके ਤੁਹਾਨੂੰ ਪਤਾ ਹੈ ਜੇ ਅਸੀਂ ਲੀਗਲ ਪ੍ਰਸਪੈਕਟ ਨਾ ਦੇਖੀਏ ਕਾਨੂੰਨ ਤੋਂ ਬਾਹਰ ਨਿਕਲ ਜਾਈਏ ਫਿਰ ਸਾਡੀ ਸਰਕਾਰ ਵੀ ਬਰਖਾਸ ਹੋ ਸਕਦੀ ਹੈ ਤਾਂ ਉਸ ਦਾਇਰੇ ਦੇ ਅੰਦਰ ਰਹਿ ਕੇ اور ਲੀਗਲ ਓਪੀਨੀਅਨ ਲੈ ਕੇ ਜੋ ਵੀ ਹਮਾਇਤ ਕਿਸਾਨ ਦੀ ਕਰ ਸਕਦਾ ਕਰਾਂਗਾ ਸੋ ਜੋ ਵੀ ਹਿਮਾਇਤ ਹੈ ਕਿਸਾਨ ਦੀ ਉਹ ਕੀਤੀ ਜਾਏਗੀ ਹਾਲਾਂਕਿ ਪੰਜਾਬ ਖੇਤੀਬਾੜੀ ਸੂਬਾ ਆ ਤੇ ਹੁਣ ਦੇਖਣਾ ਹੈ ਕਿ ਨਵੇਂ ਖੇਤੀਬਾੜੀ ਮੰਤਰੀ ਪੰਜਾਬ ਨੂੰ ਕਿਹੜੀ ਕਿਹੜੀ ਦੇਣ ਦਿੰਦੇ ਨੇ ਤੇ ਇਹਨਾਂ 90 ਦਿਨਾਂ ਦੌਰਾਨ ਕਿਸ ਤਰੀਕੇ ਦਾ ਉਹ ਨਵਾਂ ਸੂਰਜ ਲੈ ਕੇ ਆਉਣਗੇ ਜਿਸ ਨਾਲ ਪੰਜਾਬ ਦੀ ਕਿਸਾਨੀ ਪੰਜਾਬ ਦਾ ਕਿਸਾਨ ਖੁਸ਼हाल ਹੋਵੇਗਾ ਮੈਂ ਸਰਖਬ ਆਪਣੇ ਸਹਿਯੋਗੀ ਗੌਰਵ ਦਿਨਾਰ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ